ਕਿਵੇਂ ਦੁਖੀ ਕਰੋਗੇ ਇਹੋ ਜਿਹੇ ਮਨੁੱਖ ਨੂੰ। ਇੱਕ ਵਿਦਵਾਨ ਬੜੀ ਸੁੰਦਰ ਬਾਤ ਲਿਖਦਾ ਹੈ, ਉਹ ਕਹਿੰਦਾ ਹੈ, ਦਰਅਸਲ ਸਾਨੂੰ ਕੋਈ ਵੀ ਮਨੁੱਖ ਕਦੇ ਦੁਖੀ ਨਹੀਂ ਕਰ ਸਕਦਾ। ਜਦੋਂ ਵੀ ਅਸੀਂ ਦੁਖੀ ਹੁੰਦੇ ਹਾਂ ਆਪਣੇ ਮਨ ਤੋਂ ਹੀ ਦੁਖੀ ਹੁੰਦੇ ਹਾਂ, ਆਪਣੇ ਮਨ ਦੀ ਹਾਲਤ ਤੋਂ ਪਰੇਸ਼ਾਨ। ਕਿਸੇ ਕੋਲ ਹਿੰਮਤ ਹੀ ਨਹੀਂ ਕਿ ਸਾਨੂੰ ਦੁੱਖ ਦੇ ਸਕੇ। ਲਿਖਦਾ ਹੈ ਕਿ ਦਰਅਸਲ ਜਦੋਂ ਅਸੀਂ ਆਪਣੇ ਮਨ ਦੀਆਂ ਇੱਛਾਵਾਂ ਪ੍ਰਗਟ ਕਰਦੇ ਹਾਂ, ਸਮਝੋ ਆਪਣੇ ਦੁਖੀ ਹੋਣ ਦਾ ਸਮਾਨ ਪੈਦਾ ਕਰ ਲੈਂਦੇ ਹਾਂ। ਮਸਲਨ, ਕਿਸੇ ਮਨੁੱਖ ਨੇ ਸਾਨੂੰ ਥੋੜ੍ਹਾ ਜਿਹਾ ਸਨਮਾਨ ਦਿੱਤਾ ਹੈ, ਸਤਿਕਾਰ ਦਿੱਤਾ ਹੈ, ਝੁੱਕ ਕੇ ਗੋਡੀ ਹੱਥ ਲਾਇਆ, ਗਲ ਵਿੱਚ ਹਾਰ ਪਾਇਆ, ਅਤੇ ਸਨਮਾਨ ਮਿਲਦਿਆਂ ਸਾਰ ਅਸੀਂ ਖੁਸ਼ ਹੋ ਗਏ ਹਾਂ, ਫੁੱਲ ਖੜੋਤੇ ਹਾਂ। ਆਖਦਾ ਦੁਸ਼ਮਣ ਸਮਝ ਗਿਆ, ਉਸਨੂੰ ਪਤਾ ਲੱਗ ਗਿਆ ਕਿ ਜਦੋਂ ਮੈਂ ਥੋੜ੍ਹਾ ਜਿਹਾ ਸਨਮਾਨ ਦੇਣਾ ਬੜਾ ਖੁਸ਼ ਹੁੰਦਾ, ਅਤੇ ਜਦੋਂ ਉਸਨੇ ਦੁਖੀ ਕਰਨਾ ਹੋਵੇਗਾ ਉਦੋਂ ਸਨਮਾਨ ਦੇਵੇਗਾ ਹੀ ਨਹੀਂ, ਆਪੇ ਦੁਖੀ ਹੋ ਜਾਓਗੇ। ਦੁੱਖ ਕਿਤੇ ਬਾਹਰੋਂ ਥੋੜ੍ਹਾ ਆਉਣਾ, ਸਾਡੇ ਮਨ ਦੀਆਂ ਵਿਚਾਰਾਂ ਤੋਂ ਹੀ ਪੈਦਾ ਆਉਣਾ। ਫਿਰ ਲਿਖਦਾ ਹੈ ਕਿ ਕਿਸੇ ਨੇ 4 ਪੈਸੇ ਦੇ ਦਿੱਤੇ ਨੇ, ਖੁਸ਼ ਹੋ ਗਏ। ਸਮਝੋ ਆਪਣੇ ਦੁਖੀ ਹੋਣ ਦਾ ਤੁਸਾਂ ਇੱਕ ਸਮਾਨ ਪੈਦਾ ਕਰ ਲਿਆ। ਦੁਸ਼ਮਣ ਨੇ ਵੇਖ ਲਿਆ ਕਿ ਜਦੋਂ ਮੈਂ 4 ਪੈਸੇ ਦੇਣਾ ਬੜਾ ਖੁਸ਼ ਹੁੰਦਾ, ਅਤੇ ਜਦੋਂ ਉਸਨੇ ਦੁਖੀ ਕਰਨਾ ਹੋਵੇਗਾ ਪੈਸੇ ਦੇਵੇਗਾ ਹੀ ਨਹੀਂ, ਆਪੇ ਦੁਖੀ ਹੋ ਜਾਓਗੇ, ਦੁੱਖ ਕਿਤੇ ਬਾਹਰੋਂ ਥੋੜ੍ਹਾ ਆਉਣਾ। ਦਰਅਸਲ ਇਹ ਇੱਛਾਵਾਂ ਹੀ, ਇਹ ਆਸ਼ਾਵਾਂ ਹੀ ਸਾਡੇ ਮਨ ਦਾ ਬੰਧਨ, ਸਾਡੇ ਮਨ ਦੇ ਲਈ ਦੁੱਖ ਦਾ ਕਾਰਨ ਬਣਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਦਾਤਾਰ ਕਹਿੰਦੇ ਨੇ, ਆਸਾ ਮਨਸਾ ਬੰਧਨੀ ਪਾਈ। ਇਹ ਇੱਛਾਵਾਂ, ਇਹ ਤੇ ਮਨ ਦੇ ਲਈ ਇੱਕ ਬੰਧਨ ਹੈ ਔਰ ਇਸ ਨੂੰ ਦੁਖੀ ਕਰਨ ਦਾ ਇੱਕ ਬੰਧਨ ਹੈ। ਜਿਵੇਂ ਜਿਵੇਂ ਇਹ ਬੰਧਨ ਵੱਧਦਾ ਜਾਂਦਾ ਹੈ, ਉਵੇਂ ਉਵੇਂ ਸਾਡਾ ਮਨ ਹੋਰ ਤੋਂ ਜ਼ਿਆਦਾ, ਹੋਰ ਜ਼ਿਆਦਾ ਦੁਖੀ ਹੁੰਦਾ ਚਲੇ ਜਾਂਦਾ ਹੈ। ਕੋਈ ਢੰਗ ਹੈ ਕਿ ਸਾਡਾ ਮਨ ਇਸ ਦੁੱਖ ਦੀ ਅਵਸਥਾ ਨੂੰ, ਇੱਛਾਵਾਂ ਦੀ ਪੂਰਤੀ ਨਾ ਹੋਣ 'ਤੇ ਪੈਦਾ ਹੋਏ ਦੁੱਖ ਨੂੰ ਵੀ ਕਿਤੇ ਪ੍ਰਵਾਨ ਕਰ ਸਕੇ? ਸਿਰਫ ਇੱਕ ਹੀ ਢੰਗ ਹੈ। ਜਦੋਂ ਇਹ ਸਮਝ ਆ ਜਾਏ ਕਿ ਜੋ ਕੁਝ ਮੈਂ ਸੋਚਦਾ, ਜੋ ਕੁਝ ਆਸ਼ਾ ਕਰਦਾ, ਜ਼ਰੂਰੀ ਨਹੀਂ ਕਿ ਮੇਰੀ ਹਰੇਕ ਆਸ਼ਾ, ਮੇਰੀ ਹਰੇਕ ਇੱਛਾ ਪੂਰੀ ਹੋਦਾ ਹੈ, ਤਾਂ ਫਿਰ ਚੰਗੀ ਗੱਲ ਨਹੀਂ। ਇਹ ਗੱਲ ਕਹਾਂ, ਪ੍ਰਭੂ ਜੋ ਮੈਂ ਸੋਚਦਾ ਉਹ ਤਾਂ ਪੂਰਾ ਹੋ ਨਹੀਂ ਰਿਹਾ, ਤੂੰ ਕਿਰਪਾ ਕਰ, ਜੋ ਕੁਝ ਤੂੰ ਕਰਦਾ ਫਿਰ ਮੈਂ ਉਸੇ ਨੂੰ ਹੀ ਪ੍ਰਵਾਨ ਕਰ ਲਵਾਂ। ਜੋ ਕੁਝ ਮੈਂ ਚਾਹੁੰਦਾ ਉਹ ਤਾਂ ਹੁੰਦਾ ਨਹੀਂ, ਵਾਪਰਦਾ ਨਹੀਂ, ਅਤੇ ਜੋ ਕੁਝ ਤੂੰ ਚਾਹੁੰਦਾ, ਜੋ ਕੁਝ ਤੇਰੇ ਹੁਕਮ ਵਿੱਚ ਵਾਪਰਦਾ ਮੇਰੇ ਪ੍ਰਭੂ, ਮੈਂ ਉਸੇ ਨੂੰ ਹੀ ਪ੍ਰਵਾਨ ਕਰ ਲਵਾਂ। ਜਿਸ ਦਿਨ ਇਹ ਅਵਸਥਾ ਆ ਗਈ, ਲਾਜ਼ਮੀ ਤੌਰ 'ਤੇ ਉਸ ਦਿਨ ਸਾਨੂੰ ਸਦੀ ਵੀ ਖੁਸ਼ੀ ਮਿਲ ਜਾਏਗੀ। ਉਸ ਦਿਨ ਫਿਰ ਕੋਈ ਢੰਗ ਨਹੀਂ ਹੋਵੇਗਾ ਜਦੋਂ ਸਾਨੂੰ ਕੋਈ ਦੁਖੀ ਕਰ ਸਕੇ, ਸਾਨੂੰ ਕੋਈ ਪਰੇਸ਼ਾਨ ਕਰ ਸਕੇ। ਇਸੇ ਲਈ ਆਓ ਗੁਰੂ ਦੇ ਸਨਮੁਖ ਰਲ ਕੇ ਅਰਦਾਸ ਕਰੀਏ ਅਤੇ ਆਖੀਏ, ਮੇਰੇ ਪ੍ਰਭੂ ਦਇਆ ਕਰੋ, ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ। ਜਿਸ ਦਿਨ ਪ੍ਰਭੂ ਦਾ ਪਾਣਾ ਸਾਨੂੰ ਮਿੱਠਾ ਲੱਗੇਗਾ, ਜਿਸ ਦਿਨ ਪ੍ਰਭੂ ਦਾ ਪਾਣਾ ਸਾਨੂੰ ਚੰਗਾ ਲੱਗੇਗਾ, ਲਾਜ਼ਮੀ ਤੌਰ 'ਤੇ ਉਹ ਦਿਹਾੜਾ ਸਾਡੇ ਲਈ ਅਸੀਮ ਖੁਸ਼ੀ ਵਾਲਾ ਦਿਹਾੜਾ ਹੋਵੇਗਾ। ਫਿਰ ਇਸ ਅਸੀਮ ਖੁਸ਼ੀ ਨੂੰ, ਫਿਰ ਇਸ ਆਤਮਿਕ ਆਨੰਦ ਨੂੰ ਦੁਨਿਆਵੀ ਕਿਸੇ ਵੀ ਢੰਗ ਦੇ ਰਾਹੀਂ ਖਤਮ ਨਾ ਕੀਤਾ ਜਾ ਸਕੇਗਾ। ਗੁਰੂ ਕੋਲ ਅਰਦਾਸ ਕਰੀਏ ਅਤੇ ਆਖੀਏ, ਮੇਰੇ ਪ੍ਰਭੂ ਰਹਿਮਤ ਕਰੋ, ਤੇਰਾ ਕੀਆ ਮਿੱਠਾ ਲੱਗੇ, ਮੈਨੂੰ ਮੇਰੇ ਪ੍ਰਭੂ ਤੁਹਾਡਾ ਕੀਤਾ ਹੋਇਆ ਮਿੱਠਾ ਲੱਗੇ, ਤਾਂ ਕਿ ਸਾਡਾ ਹਿਰਦਾ ਸਦੀਵੀ ਖੁਸ਼ੀ ਅਤੇ ਆਨੰਦ ਮਾਣ ਸਕੇ।